अस्सलाम वालेकुम। सुनाओ सजनों दे बेलियो, की हाल चाल है? ठीक ठाक हो? असल च मुदसर भाई दी स्ट्रगल नु आज डिस्कस करना सी। ओ व्लॉगिंग लई किन्नी स्ट्रगल कर रहे ते अपनी व्लॉगिंग नु बेस्ट तो बेस्ट बनाने लई मुख्तलिफ तो मुख्तलिफ ब्रांड दियां चीज़ां यूज़ करने की कोशिश कर रहे हैं। तो अज मुदसर भाई तुम दसणगे कि ओ व्लॉगिंग वास्ते केड़ी केड़ी चीज़ कितों कितों किवें किवें परचेज करके लियांदी है उन्होंने। अच्छा जी, पहले तो साढ़े रूम की सिचुएशन देखो। ये देखो जी कितना गंद पेदा ਇਹ ਹੁੰਦਾ ਆ ਹੋਸਟਲ ਚ ਰਹਿਣ ਦਾ ਸਾਰਾ ਇਸ ਨਾ ਹੁੰਦਾ ਗੰਦ ਪੇਦਾ ਇਸ ਤੇ ਲੈਪਟਾਪ ਪੇਦਾ ਇਹ ਚੀਜ਼ ਇੰਡੀਕੇਟ ਕਰਦੀ ਹੈ ਕਿ ਲੜਕੀਆਂ ਦਾ ਰੂਮ ਆ। ਹਾਂ ਲੜਕੀਆਂ ਦਾ ਰੂਮ ਆ ਤੇ ਲੜਕੀਆਂ ਦਾ ਪਾਇਆ ਤੇ ਤੂੰ ਵੀ ਗੰਦਾ ਹੋਏ ਉਹ ਕੋਈ ਪਤਾ ਨਹੀਂ ਸਾਨੂੰ, ਅਸੀਂ ਸਾਡਾ ਕਿਹੜਾ ਐਕਸਪੀਰੀਅੰਸ ਆ। ਸਮਝ ਰਹੇ ਹੋ, ਸਮਝ ਰਹੇ ਹੋ, ਆਪ ਸਮਝ ਰਹੇ ਹੋ। ਅੱਛਾ ਜੀ, ਕੱਲ ਅਸੀਂ ਗਏ ਸੀ, ਅਸਲ 'ਚ ਸਾਡੀ ਭਾਣਜੀ ਦੀ ਬਰਥਡੇ ਸੀ ਤੇ ਉਹਦੇ ਲਈ ਅਸੀਂ ਸੂਟ ਵਗੈਰਾ ਲੈਣ ਗਏ ਸੀ ਪੈਨਾਰੋਮਾ 'ਚ ਗਏ, ਅਨਾਰਕਲੀ ਗਏ ਤੇ ਦਿੱਲੀ ਗੇਟ ਵੱਲ ਅਸੀਂ ਉੱਧਰ ਗਏ। ਸਾਨੂੰ ਪਤਾ ਹੀ ਨਹੀਂ ਸੀ, ਇੰਨਾ 1 ਸਾਲ ਦੀ ਹੋਈ ਸੀ ਤੇ ਉੱਥੋਂ ਫਿਰ ਜਾਂਦੇ ਜਾਂਦੇ ਅਸੀਂ ਉੱਥੇ ਚਲ ਗਏ ਮੋਬਾਈਲ ਸ਼ਾਪ 'ਚ, ਇੱਕ 'ਚ ਇਲੈਕਟ੍ਰੋਨਿਕਸ ਦੀ ਸ਼ਾਪ 'ਚ। ਅਸੀਂ ਉੱਥੋਂ ਲਿਆ ਇਹ ਡਬਲ ਮਾਈਕ ਆਈਕਨ ਵਾਲੋ ਅਤੇ ਇੱਕ ਅਸੀਂ ਇਹ ਮਾਈਕ ਲਿਆ, ਇਹ ਵੈਸੇ ਹੀ ਲਿਆ ਸੀ ਇਹ ਤਾਂ ਪਿਆਰਾ ਲੱਗਾ ਅਤੇ ਇਹ ਲੈ ਲਿਆ ਇੱਕ ਮਾਈਕ। ਔਰ ਨਾਲ ਅਸੀਂ ਇਹ ਸਾਡਾ ਇਹ ਦੇਖੋ ਯੂਟਿਊਬ ਵੈਸੇ ਬਣਾ ਹੋਊਗਾ ਕਾਰਡ। ਅੱਛਾ ਜੀ, ਇਹਦੇ ਇਲਾਵਾ ਅਸੀਂ ਇੱਕ ਦੋ ਹੋਰ ਚੀਜ਼ ਲਈ ਸੀ। ਇੱਕ ਅਸੀਂ ਵਾਚ ਲਈ, ਇਹ ਵਾਲੀ ਵਾਚ ਅਸੀਂ ਇਹ ਵਾਚ ਲਈ ਆ ਰਾਡੋ ਵਾਲੋ ਸੇ ਲਈ ਆਪਣੇ, ਮਤਲਬ ਓਰਿਜਨਲ ਤਾਂ ਨਹੀਂ ਹੁੰਦੀ ਲੇਕਿਨ ਸੈਕਿੰਡ ਕਾਪੀ ਤੁਸੀਂ ਕਹਿ ਸਕਦੇ ਹੋ। ਲੇਕਿਨ ਇਹ ਹੀ ਸੀ, ਮਤਲਬ ਇੱਥੇ ਤਾਂ ਜਿੰਨੀਆਂ ਵੀ ਰਾਡੋ ਜਾਂ ਅੱਛੀਆਂ ਸ਼ਾਪਸ ਆ, ਅਸੀਂ ਇਹ ਸ਼ਾਪ ਇਹ ਮਤਲਬ ਇਹ ਸਾਨੂੰ ਵਾਚ ਪਸੰਦ ਆਈ ਅਤੇ ਸਾਜਿਦ ਬਾਈ ਦੀ ਪਸੰਦ ਸੀ ਇਹ ਅਤੇ ਫਿਰ ਮੈਂ ਲੈ ਲਈ। ਅਤੇ ਵਾਟਰ ਰਜਿਸਟੈਂਟ ਆ ਔਰ ਅੱਛੀ ਵੀ ਲੱਗ ਰਹੀ ਆ, ਪਿੱਛੇ ਸੇ ਮਸ਼ੀਨਰੀ ਚਲਤੀ ਹੋਈ ਨਜ਼ਰ ਆਉਂਦੀ ਆ ਬੰਦੇ ਕੋ। ਅੱਛਾ ਜੀ, ਬਾਕੀ ਹੁਣ ਅਸੀਂ ਹੋਰ ਵੀ ਮੈਂ ਸ਼ੂਜ਼ ਵੀ ਲਏ ਸੀ, ਉਹ ਹੁਣ ਮੁਸਕਾਨ ਬਾਈ ਸਾਰਾ ਅੱਗੋਂ ਦੱਸੇਗਾ ਕੀ ਕੀ ਲਿਆ ਉਹ ਬਰਥਡੇ ਦੇ ਵਾਸਤੇ, ਕੀ ਕੀ ਚੀਜ਼ਾਂ ਅਸੀਂ ਮਤਲਬ ਤਿਆਰੀ ਕੀਤੀ। ਅਸਲ 'ਚ ਸਾਡੇ ਸਾਜਿਦ ਬਾਈ ਬਹੁਤ ਕਨਫਿਊਜ਼ ਸਨ ਅਨਾਰਕਲੀ ਜਾ ਕੇ ਕਿ ਭਾਜੀ ਵਾਸਤੇ ਕੀ ਖਰੀਦਣਾ, ਤੇ ਹੁਣ ਮੈਂ ਤੁਹਾਨੂੰ ਜ਼ਰਾ ਦਿਖਾਉਂਦਾ ਕਿ ਇਹਨੇ ਕੀ ਖਰੀਦਿਆ ਤੇ ਕਿਹਦੀ ਚੁਆਇਸ ਜ਼ਿਆਦਾ ਬੈਸਟ ਆ ਤੇ ਕਿਹਦੀ ਚੁਆਇਸ ਐਵੇਂ ਥੱਕੜ ਜਾਈ ਆ। ਚਲੋ ਬਾਈ ਦੇਖੋ ਅਬ ਮੈਂ ਕੀ ਕਰਤਾ। ਸਾਜਿਦ ਸਾਹਿਬ ਦੀ ਚੁਆਇਸ ਆ ਜੀ, ਨਾਲ ਹੁਣ ਆਪਣੇ ਹਰ ਚੀਜ਼ ਮੈਚਿੰਗ 'ਚ ਲੈ ਭਾਂਜੀ ਨੂੰ ਇੱਕੋ ਦਿਨ ਨਹੀਂ ਮੈਨੂੰ ਲੱਗਦਾ ਪੂਰਾ ਦੁਲਹਨ ਬਣਾਉਣ ਦੀ ਤਿਆਰੀ ਕਰ ਰਹੇ ਆ। ਹੋਰ ਵੀ ਇਹਦੇ 'ਚ ਮੈਚਿੰਗ ਕਰਾਊਨ ਹੋਰ ਨਾਲ ਅਸੀਂ ਚੂੜੀਆਂ ਪਸੰਦ ਸੀ ਯਾਰ ਕਰਾਊਨ। ਹਾਂ ਕਰਾਊਨ ਮੁਦੱਸਰ ਸਾਹਿਬ ਦੀ ਪਸੰਦ ਸੀਗੀ, ਆ ਨਾਲ ਜਿਹੜਾ ਚੂੜੀਆਂ ਇਹ ਵੀ ਮੁਦੱਸਰ ਸਾਹਿਬ ਦੀ ਪਸੰਦ। ਤਾਂ ਆ ਮਾਸ਼ਾਅੱਲਾ ਦੇਖੋ ਸਾਡੀ ਭਾਂਜੀ ਤਾਂ ਮਾਸ਼ਾਅੱਲਾ ਬਹੁਤ ਖੂਬਸੂਰਤ ਲੱਗੂਗੀ। ਆ ਦੇਖੋ ਅਸੀਂ ਪੂਰਾ ਮੈਚਿੰਗ ਕੀਤਾ ਤੇ ਅੰਕਲ ਜੀ ਨੂੰ ਵੀ ਸਾਡੇ ਵਲੌਗ ਦੇਖ ਰਹੇ ਆ ਅੱਜ ਕੱਲ੍ਹ ਤੇ ਅੰਕਲ ਜੀ ਵੀ ਲਾਜ਼ਮੀ ਲਾਈਕ ਕਰਨਗੇ। ਇਹ ਛੰਛਣਾ ਬਸ ਸਾਜ ਦੀ ਪਸੰਦ ਆ, ਛੰਛਣਾ ਜਿਵੇਂ ਸਾਜ ਆਪ ਛੰਛਣਾ ਨਾ ਉਂਝੀ ਇਹਦੀ ਪਸੰਦ। ਤਾਂ ਇਹ ਜੀ ਮੇਰੀ ਪਸੰਦ ਕਿੱਥੇ ਗਈ ਜੀ, ਮੈਂ ਚਾਹੁੰਦਾ ਸੀ ਸਾਡੀ ਭਾਂਜੀ ਪਠਾਨੀ ਲੁੱਕ ਵੀ ਦਵੇ ਇੱਕ। ਅੱਛਾ ਅੱਗੇ ਤਾਂ ਨਹੀਂ ਲੈ ਕੇ ਆਇਆ ਸੀ ਇਹ। ਹਾਂ ਇਹ ਤਾਂ ਚੱਕ ਕੇ ਸਾਜ ਲੈ ਕੇ ਆਇਆ ਸੀ ਲੇਕਿਨ ਦਿਲ ਨੂੰ ਤੇ ਮੇਰੇ ਅੱਛਾ ਲੱਗਾ ਸੀ ਨਾ। ਆ ਅਸੀਂ ਪੂਰਾ ਕੰਬੀਨੇਸ਼ਨ ਤਿਆਰ ਕੀਤਾ ਤੇ ਨੈਕਸਟ ਆਪਣੇ ਕੀ ਕਹਿੰਦੇ ਨੇ ਮੁਦੱਸਰ ਸਾਹਿਬ ਦੀ ਚੁਆਇਸ, ਮੁਦੱਸਰ ਸਾਹਿਬ ਦਾ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਫੇਵਰੇਟ ਹੀ ਰਿਹਾ ਬਲੈਕ, ਤੇ ਉਹਨੇ ਬਲੈਕ 'ਚ ਇਹ ਖਰੀਦਿਆ, ਇਹ ਜੀ ਬਲੈਕ 'ਚ ਇੱਕ ਸੂਟ ਖਰੀਦਿਆ। ਨੈਕਸਟ ਹਰ ਬੱਚੇ ਦੀ ਚੁਆਇਸ ਹੁੰਦਾ ਇੱਕ ਗੁੜੀਆ, ਦੇਖੋ ਜੀ ਇਹ ਗੁੜੀਆ ਇੱਕ ਖਰੀਦੀ ਆ ਉਹਨਾਂ ਲਈ। ਇਹ ਸਾਜਿਦ ਬਾਈ ਦੀ ਚੁਆਇਸ ਆ, ਇਹ ਸਾਜਿਦ ਬਾਈ ਦੀ ਚੁਆਇਸ ਆ। ਸਾਜਿਦ ਜਿਵੇਂ ਆਪ ਪਤਲਾ ਜਿਹਾ ਸਮਾਟੂ ਜਿਹਾ ਨਾ, ਪੁੱਤ ਮੇਰਾ ਉਂਝ ਹੀ ਹੈ ਵੀ ਪਤਲਾ ਹੀ ਆ। ਹੋਰ ਕੀ ਸੀਗਾ, ਹਾਂ ਮੁਦੱਸਰ ਸਾਹਿਬ ਦੇ ਸ਼ੂਜ਼ ਵੀ ਲਏ ਸੀਗੇ ਅਸੀਂ, ਉਹ ਵੀ ਮੈਂ ਤੁਹਾਨੂੰ ਦਿਖਾਉਂਦਾ। ਉਹ ਅਸੀਂ ਰੈਂਡਮਲੀ ਜਾ ਰਹੇ ਸੀਗੇ ਤੇ ਮੁਦੱਸਰ ਸਾਹਿਬ ਨੂੰ ਪਸੰਦ ਆ ਗਏ, ਮੁਦੱਸਰ ਸਾਹਿਬ ਨੂੰ ਛੇਤੀ ਕੀਤਿਆਂ ਚੀਜ਼ ਪਸੰਦ ਨਹੀਂ ਆਉਂਦੀ ਤੇ ਜੇ ਆ ਜਾਏ ਤਾਂ ਫਿਰ ਐਵੇਂ ਹੀ ਆ ਜਾਂਦੀ ਹੈ। ਅੱਛਾ ਹਮਕੋ ਸਿਖਾ ਰਿਹਾ ਹੈ। ਇੱਕ ਮਿੰਟ ਜੀ, ਇੱਕ ਮਿੰਟ। ਆ ਜੀ ਸ਼ੂਜ਼ ਲਏ ਆ ਤੇ ਤੁਸੀਂ ਕਮੈਂਟ ਬਾਕਸ 'ਚ ਲਾਜ਼ਮੀ ਦੱਸਣਾ ਮੁਦੱਸਰ ਸਾਹਿਬ ਦੀ ਚੁਆਇਸ ਕਿੱਦਾਂ ਦੀ ਆ, ਕਿਉਂਕਿ ਸਾਨੂੰ ਤਾਂ ਅੱਛੇ ਲੱਗੇ ਆ, ਤੁਸੀਂ ਵੀ ਆਪਦੀ ਚੁਆਇਸ ਮੁਦੱਸਰ ਦੀ ਚੁਆਇਸ ਨੂੰ ਜਿਹੜਾ ਨਾ ਕਮੈਂਟ ਬਾਕਸ ਐਪਰੀਸ਼ੀਏਟ ਕਰਨਾ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੈਕ ਕਰਕੇ ਸਾਜ ਸਾਹਿਬ ਨੇ ਆ ਸਾਡੀ ਭਾਂਜੀ ਵਾਸਤੇ ਲੈ ਕੇ ਜਾਣਾ। ਤੇ ਆ ਦੇਖੋ ਡੱਬਾ ਦੇਖੋ ਕਿੱਡਾ ਲੈ ਕੇ ਆਇਆ ਜੀ। ਓ ਭਾਈ ਇਹ ਕੀ ਹੈ, ਇਹ ਸਾਜਦ ਦੇਖ ਲਓ, ਸਾਜਦ ਜਦੋਂ ਡੱਬਾ ਚੱਕ ਕੇ ਲੈ ਕੇ ਜਾਂਦਾ ਹੋਏਗਾ ਤੇ ਖਤਰਨਾਕ ਦਹਿਸ਼ਤਗਰਦੀ ਲੱਗੂਗਾ।
ਫਿਰ ਸਾਜਨ ਸਾਹਿਬ ਡੱਬਾ ਲੈ ਕੇ ਆਏ ਆ ਇਹਨੂੰ ਅਸੀਂ ਪੈਕ ਕਰਨ ਲਈ ਆਹ ਕਵਰਸ ਵਗੈਰਾ ਵੀ ਲੈ ਕੇ ਆਏ ਆ ਤੇ ਆਹ ਸਾਡੀ ਭਾਂਜੀ ਲਈ ਛੋਟੀ ਛੋਟੀਆਂ ਚੀਜ਼ਾਂ ਖਾਣ ਪੀਣ ਲਈ ਹਾਂ ਬੇਸ਼ੱਕ ਭਾਵੇਂ ਖਾਸ ਸਾਜਨ ਦੀ ਜਾਇਜ਼ ਰਾਸਤੇ ਚ ਭਾਵੇਂ ਸਾਜਨ ਦੀ ਖਾ ਜਾਏ ਨਾ ਇਹ ਦੇਖ ਇਹ ਬੜੀਆਂ ਪਿਆਰੀਆਂ ਪਿਆਰੀਆਂ ਸਲੰਟੀਆਂ ਆਇਆ ਆ ਦੇਖੋ ਆ ਜੀ ਅੱਛੀਆਂ ਸਲੰਟੀਆਂ ਕਿਆ ਕਰ ਉਹ ਅਸੀਂ ਚੈੱਕ ਕੀਤੀਆਂ ਹੁਣ ਹਾਂ ਬੋਏ ਤੇ ਪਤਾ ਲੱਗ ਜਾਏ ਹਾਈਜੀਨ ਸਿਸਟਮ ਸਾਰਾ ਕੁਝ ਚੱਲ ਹੁਣ ਇਹਨਾਂ ਨੂੰ ਅਸੀਂ ਪੈਕ ਕਰਨ ਲੱਗੇ ਆਪਣੇ ਭਾਂਜੀ ਵਾਸਤੇ ਗਿਫਟ ਪ੍ਰੋਪਰ ਤਿਆਰ ਕਰਦੇ ਆ ਤੇ ਤੁਹਾਨੂੰ ਗਿਫਟ ਪੈਕ ਕਰਕੇ ਤੁਹਾਨੂੰ ਲਾਜ਼ਮੀ ਦਿਖਾਉਂਗੇ ਅੱਛਾ ਜੀ ਹੁਣ ਡਿਸਾਈਡ ਕਰਦਾ ਪਿਆ ਉੱਤੇ ਲਾਣਾ ਜਾਂ ਥੱਲੇ ਲਾਣਾ ਇਹ ਤੁਸੀਂ ਸਾਜਨ ਸਾਹਿਬ ਦੀ ਮਿਹਨਤ ਚੈੱਕ ਕਰ ਸਕਦੇ ਹੋ ਸਾਜਨ ਸਾਹਿਬ ਪਰਫੈਕਸ਼ਨ ਦੇ ਸਟਾਰ ਦਾ ਸਟਾਰ ਇਹ ਪਰਫੈਕਸ਼ਨ ਕਰਦੇ ਆ ਇੱਕ ਫੁੱਲ ਲਾਉਂਦੇ ਆ ਪੂਰਾ ਇਹਨੇ 2 ਘੰਟੇ ਲਾ ਦਿੱਤੇ ਆ ਤੇ ਸਾਡੀ ਭੁੱਖ ਨਾਲ ਹੁਣ ਜਾਨ ਨਿਕਲਦੀ ਪਈ ਆ ਲੇਕਿਨ ਮੈਂ ਚਾਰਜਰ ਕੋਈ ਸਾਸ ਨਹੀਂ ਤੇ ਇਸ ਮੁੰਡੇ ਨੂੰ ਬਸ ਇਹੀ ਫਿਕਰ ਲੱਗੀ ਹੋਈ ਹੈ ਕਿ ਮੈਂ ਇੰਨੇ ਚਾਰਜਰ ਕਿਵੇਂ ਸਾਂਭਾਂ ਵੀ ਮੈਂ ਘੜੀ ਨੂੰ ਲਾਵਾਂ ਮੈਕਾਂ ਨੂੰ ਲਾਵਾਂ 2 ਮੋਬਾਈਲਾਂ ਨੂੰ ਲਾਵਾਂ ਇਹਨੂੰ ਤਾਂ ਲੱਗਦਾ ਮੈਨੂੰ ਲੱਗਦਾ ਇੱਦਾਂ ਹੁਣ ਅਸੀਂ ਬਿਜ਼ਨਸ ਇਹ ਸਟਾਰਟ ਕਰਵਾ ਦੇਣਾ ਵੀ ਇਹ ਚਾਰਜਰ ਹੀ ਲਾਏ ਕਰੇਗਾ ਹੁਣ ਸੁਬਹ ਸ਼ਾਮ ਬਸ ਅੱਛਾ ਜੀ ਫਾਈਨਲ ਟਚਿੰਗ ਹੋ ਗਈ ਹੈ ਗਿਫਟ ਸਾਡਾ ਪੂਰਾ ਰੈਡੀ ਹੋ ਗਿਆ ਤਿਆਰ ਕਰ ਲਿਆ ਬੜੀ ਮਿਹਨਤ ਕੀਤੀ ਅਸੀਂ ਇਸ ਗਿਫਟ ਨੂੰ ਤਿਆਰ ਕਰਦੇ ਕਰਦੇ ਸ਼ੇਰਾ ਕਿਆ ਕਹਤੇ ਹਾਂ ਵਲੌਗ ਅਪਲੋਡ ਕਰਦੇ ਨਹੀਂ ਨਹੀਂ ਵਲੌਗ ਕੱਲ ਹੀ ਅਪਲੋਡ ਕਰਨਾ ਕਿਉਂਕਿ ਕੱਲ ਗਿਫਟ ਕੱਲ ਹੀ ਬਰਥਡੇ ਆ ਬਰਥਡੇ ਤੋਂ ਬਾਅਦ ਵਲੌਗ ਸਾਰੇ ਦੇਖੇਗੇ ਬਾਕੀ ਅਸੀਂ ਇੰਨੀ ਮਿਹਨਤ ਕੀਤੀ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਅਤੇ ਸ਼ੇਅਰ ਕਰੋ 50 ਸਬਸਕ੍ਰਾਈਬਰ ਬਣਦੇ ਆ ਕਮੋ ਪੇਸ਼ ਇਸ ਵਲੌਗ 'ਚ ਓਕੇ ਅੱਲਾ ਹਾਫਿਜ਼